ਪਹਿਲੇ ਨੰਬਰ ਤੇ ਆਇਆ ਸਾਨੂੰ ਬਹੁਤ ਖੁਸ਼ੀ ਹੈ ਸਾਡਾ ਬੱਚਾ ਨਮੋਦਿਆ ਚਾਹੇ ਸਾਨੂੰ ਕੋਈ ਆਇਆ ਨਹੀਂ ਹੈਗਾ ਵੀ ਅਸੀਂ ਪ੍ਰਾਈਵੇਟੀ ਵਧਾਉਣੇ ਅਸੀਂ ਹੋਰ ਬੱਚਾ ਨੂੰ ਵੀ ਕਹਿੰਨੇ ਆ ਕਿ ਸਰਕਾਰੀ ਵਰਗੀ ਕਿਤੇ ਹੋਣੀ ਹੈਗੀ ਜੀ ਸਾਨੂੰ ਆਪਦੇ ਟੀਚਰਾਂ ਤੇ ਮਾਪਿਆਂ ਤੇ ਘਰਵਾ ਜਿਹੜੇ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਤਾਂ ਤੇ ਅੱਜ ਵੀ ਅਸੀਂ ਜਿਹੋਨੇ ਵਗੇ ਆ ਕੇ ਅਸੀਂ ਵੀ ਇਹਨਾਂ ਮੰਗੂ ਟੀਚਰ ਬਣੀਏ ਅਸੀਂ ਵੀ ਜਗਰੀਬਾਂ ਦੇ ਵੱਖਣ ਨੂੰ ਫੇਰੀ ਪੜਾਈਏ ਤੇ ਉਹਨਾਂ ਨੂੰ ਅੱਗੇ ਪਹੁੰਚਾਈਏ ਇੰਨੀ ਵਧੀਆ ਪੜ੍ਹਾਈ ਆ ਜਿਹੜੀ ਪ੍ਰਾਈਵੇਟ ਸਕੂਲਾਂ ਚ ਵੀ ਨਹੀਂ ਹੁੰਦੀ ਪਰ ਤੁਹਾਡੇ ਸਰਕਾਰੀ ਸਕੂਲ ਚ ਆ ਗਈ। ਹਮਮ। ਹਾਂ ਤਾਂ ਕਿ ਨਾਂ ਸਰੇ ਵਿੱਚ ਕਹਿੰਦੇ ਸੀ ਰਹੇ ਜੋ ਇੱਥੇ। ਹਮਮ। ਪਰ ਮਾਪੇ ਬਣਾ ਰਿਆ ਨਹੀਂ ਹੁੰਦੇ। ਹੁਣ ਕਿ ਮਰੇ ਵੀ ਮਾਪੇ ਬਣਾ ਉੱਥੇ ਕਿਹੜਾ ਮਾਪੇ ਨਾਲ ਜਾਣਗੇ? ਹਾਂ ਹੁਣ ਤਾਂ ਰਹਿ ਲਾਂਗੇ। ਇਹ ਟੀਚਰਾਂ ਸਾਰੇ ਰਹਿਣਗੇ। ਉੱਥੇ ਤੇ ਰਹਿ ਲਾਂਗੇ ਜੀ। ਠੇਡਾਂ ਦੇ ਵਿੱਚ ਵੀ ਬਹੁਤ ਕਾਮਯਾਬ ਰਹੀ ਹੈ ਇਹ ਪੰਜਾਬ ਖੇਡ ਕੇ ਹੀ ਹੈ। ਮੋਹਾਲੀ, ਗੁਰਦਾਸਪੁਰ ਦੋ ਜ਼ਿਲ੍ਹੇ ਨੂੰ ਅਸੀਂ ਹਰਾਇਆ। ਤੇ 7 ਮਿੰਟ ਕੱਢ ਜਾਂਦੀ ਹੈ ਇਹ ਪਹਿਲੀ ਵਾਰ ਚ ਹੂੰ ਤੇ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਜੋ ਵੀ ਕੰਮ ਕਹੋ ਉਹ ਹਾਜ਼ਰ ਹੈ ਕਦੇ ਇਹਨੇ ਕੰਮ ਤੋਂ ਲੇਟ ਨਹੀਂ ਹੋਣਾ ਕਦੇ ਸਕੂਲ ਤੋਂ ਲੇਟ ਨਹੀਂ ਹੋਣਾ ਕਦੇ ਛੁੱਟੀ ਨਹੀਂ ਮਾਰਨੀ ਹਸੀ ਕਾਲ ਮੈਂ ਸੁਖੀ ਮਗਾਣੀਆਂ ਤੁਸੀਂ ਜੁੜੇ ਹੋ ਸਰ ਲਿਖ ਦੇ ਨਾਲ ਮਾਨਸਾ ਜ਼ਿਲ੍ਹੇ ਦਾ ਪਿੰਡ ਡੇਲੂਆਣਾ ਪਹੁੰਚੇ ਆ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਜੂਨ ਦੀਆਂ ਛੁੱਟੀਆਂ ਦੇ ਵਿੱਚ ਇਹ ਪਿੰਡ ਚਰਚਾ ਦਾ ਵਿਸ਼ਾ ਬਣਦਾ ਡੇਲੂਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਤੇ ਇਥੋਂ ਦੇ ਹੈਡਮਾਸਟਰ ਗੁਰਨਾਮ ਸਿੰਘ ਦੀ ਮਿਹਨਤ ਸਦਕਾ ਇਥੋਂ ਦੇ ਚਾਰ ਬੱਚੇ ਇਸ ਬਰੇ ਪੰਜਵੀਂ ਪਾਸ ਵਾਲੇ ਬੱਚੇ ਨਮੋਦਿਆ ਦਾ ਟੈਸਟ ਪਾਸ ਕਰਦੇ ਨੇ ਚਰਚਾ ਇਸ ਗੱਲ ਦੀ ਛੜਦੀ ਹੈ ਕਿ ਉਸ ਅਧਿਆਪਕ ਦਾ ਮਾਸਟਰ ਗੁਰਨਾਮ ਜੀ ਦਾ ਐਕਸੀਡੈਂਟ ਹੋਇਆ ਹੁੰਦਾ ਤੇ ਉਹ ਘਰੇ ਬੈੱਡ ਤੇ ਲੱਤ ਦੇ ਉੱਤੇ ਪਲਾਸਟਰ ਲੱਗਾ ਹੋਇਆ ਤੇ ਡੇਲੂਆਣੇ ਦੇ ਬੱਚੇ ਬੱਸਾਂ ਤੇ ਚੜ ਕੇ ਕਈ ਕਿਲੋਮੀਟਰ ਦਾ ਵਖਪਾ ਤੈਅ ਕਰਕੇ ਮਾਸਟਰ ਦੇ ਘਰੇ ਪਹੁੰਚਦੇ ਨੇ ਤੇ ਤਿਆਰੀ ਕਰਦੇ ਨੇ ਗੱਲ ਇਸ ਸਾਲ ਦੀ ਨਹੀਂ ਹੈ ਗੱਲ ਪਿਛਲੇ ਸਾਲਾਂ ਦੀ ਵੀ ਹੈ ਕਿ ਹਰ ਸਾਲ ਇਹ ਸਕੂਲ ਦੇ ਬੱਚੇ ਇੱਥੋਂ ਦੇ ਅਧਿਆਪਕਾਂ ਦੀ ਮਿਹਨਤ ਸਦਕੇ ਨਮੋਦਿਆ ਸਕੂਲ ਵਿੱਚ ਪਹੁੰਚਦੇ ਨੇ ਗੱਲ ਸਿਰਫ ਮਾਸਟਰ ਦੀ ਛੜੀ ਸੀ ਪਰ ਮਸਲਾ ਉੱਥੇ ਨਹੀਂ ਨਿਬੜ ਜਾਂਦਾ ਮਸਲਾ ਇਹ ਹੈ ਕਿ ਜਿਹੜੇ ਬੱਚੇ ਨਮੋਦਿਆ ਦਾ ਟੈਸਟ ਪਾਸ ਕੀਤਾ ਉਹਨਾਂ ਦੇ ਘਰ ਦੇ ਹਾਲਾਤ ਕੀ ਨੇ ਉਹ ਬੱਚੇ ਉਹਨਾਂ ਦੇ ਮਾਪਿਓ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਬੱਚਾ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਂਦੇ ਨੇ ਤੇ ਇੱਕ ਵੱਡੇ ਸੁਪਨੇ ਸਜਾਉਂਦੇ ਨੇ ਕਿ ਬੱਚੇ ਸਾਡੇ ਵੱਡੇ ਹੋ ਕੇ ਸਾਰਾ ਬਣਨਗੇ। ਮੇਰੇ ਜਨ ਵਿੱਚ ਸਵਾਲ ਇਹ ਆਉਂਦਾ ਹੈ ਕਿ ਜਦੋਂ ਅਸੀਂ ਮੈਰਿਟੋਰੀਆ ਸਕੂਲਾਂ 'ਚ ਜਾਂਦੇ ਬੱਚਿਆਂ ਦੀ ਗੱਲ ਕਰਦੇ ਆਂ ਜਦੋਂ ਅਸੀਂ ਨਮੋਦਿਆ ਵਿੱਚ ਟੈਸਟ ਪਾਸ ਕਰਕੇ ਜਾਂਦੇ ਬੱਚਿਆਂ ਦੀ ਗੱਲ ਕਰਦੇ ਆਂ ਤਾਂ ਇੱਕ ਤਾਂ ਇਹ ਗੱਲ ਜੱਗ ਜਾ ਰ ਹੈ ਕਿ ਮਾਪਿਆਂ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਹੁਣ ਸਾਡਾ ਖਰਚਾ ਨਹੀਂ ਆਉਣਾ ਕਿਉਂਕਿ ਪਿੰਡਾਂ ਦੇ ਹਾਲਾਤ ਬਹੁਤ ਆਰਥਿਕ ਪੱਖੋਂ ਮਾੜੇ ਨੇ ਮੈਂ ਅੱਜ ਇੱਕ ਲੜਕੀ ਇੱਕ ਬੱਚੀ ਕਰਮਪ੍ਰੀਤ ਤੇ ਘਰ ਪਹੁੰਚਿਆ ਅਸੀਂ ਬਾਖੂਬੀ ਜਾਣਦੇ ਹਾਂ ਕਿ ਬੇਜ਼ਮੀਨੇ ਕਿਸਾਨਾਂ ਦੀ ਤੇ ਘੱਟ ਜ਼ਮੀਨੇ ਕਿਸਾਨਾਂ ਦਾ ਇੱਕ ਆਪਣੀ ਦਰਦਕ ਕਹਾਣੀ ਹੈ ਮੇਰੇ ਨਾਲ ਉਹ ਬੱਚੀ ਹੈ ਉਸ ਬੱਚੀ ਦੀ ਮਾਂ ਹੈ ਜਿਹੜੀ ਆਪਣੇ ਪੇਕੇ ਪਿੰਡ ਹੀ ਰਹਿੰਦੇ ਨੇ ਉਹ ਘਰ ਦੇ ਹਾਲਾਤ ਜਾਣਨ ਦੇ ਲਈ ਬਹੁਤ ਸਾਰੇ ਲੋਕਾਂ ਨੇ ਉਸ ਮਾਸਟਰ ਦੀ ਗੁਰਨਾਮ ਸਿੰਘ ਦੀ ਸਟੋਰੀ ਜਿਹੜੀ ਸ਼ੇਅਰ ਕੀਤੀ ਸੀ ਪਰ ਮੈਂ ਚਾਹਾਂਗਾ ਕਿ ਇਸ ਬੱਚੀ ਨਹੀਂ ਅਸੀਂ ਜਿਹੜੇ ਹੋਰ ਤਿੰਨ ਬੱਚੇ ਨੇ ਉਹਨਾਂ ਦੇ ਘਰ ਦੇ ਹਾਲਾਤ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਲੈ ਕੇ ਆ ਰਹੇ ਹਾਂ ਫਿਲਹਾਲ ਅਸੀਂ ਕਰਮਪ੍ਰੀਤ ਤੇ ਉਹਦੀ ਮੰਮੀ ਨਾਲ ਗੱਲ ਕਰਦੇ ਹਾਂ ਬਿਟੇ ਨਮੂਦਿਆ ਟੈਸਟ ਪਾਸ ਕੀਤਾ ਹੈ ਜਦੋਂ ਤਿਆਰੀ ਕਰ ਰਹੀ ਸੀ ਉਦੋਂ ਜੇਨ ਵਿੱਚ ਕੀ ਗੱਲਾਂ ਚੱਲਦੀਆਂ ਸੀ ਕਿਵੇਂ ਐਡੀ ਦੁਰਜ ਕੀ ਸੋਚਿਆ ਵੀ ਡੇਲੂਆਂ ਨੂੰ ਜਾ ਕੇ ਬਰਨਾਲੇ ਜਾ ਕੇ ਤਿਆਰੀ ਕਰੀਏ ਵੀਜੀ ਟੈਸਟ ਕਲੀਅਰ ਹੋ ਜਾਊਗਾ ਜਾਂ ਨਹੀਂ ਹੋਣਾ ਪਰ ਗਰਨਾਮਸ ਰਾਣੇ ਬਹੁਤ ਤਿਆਰੀ ਕਰਵਾ ਕੇ ਕਰਵਾਈ ਦਿੱਤਾ ਸੀ ਸਕੂਲ ਦਾ ਇੰਚਾਰਜ ਤੁਹਾਡਾ ਕਲਾਸ ਦਾ ਚਾਰਜ ਕੌਣ ਹੈ ਸਰਬੀਤ ਮੈਡਮ ਹੈ ਹਮ ਕੀ ਕਹੋਗੇ ਮੈਡਮ ਬਾਰੇ ਮੈਡਮ ਹਨ ਵੀ ਜੀ ਬਹੁਤ ਤਿਆਰੀ ਕਰਵਾਈ ਸਾਡੀ ਬਹੁਤ ਕਿਹਾ ਵੀ ਕੋਈ ਗੱਲ ਨਹੀਂ ਬੱਚੇ ਫਿਕਰ ਨਾ ਕਰੋ ਜਰੂਰ ਆਉ ਨੰਬਰ ਜੇ ਤੁਸੀਂ ਮਿਹਨਤ ਕਰੋਗੇ ਮਿਹਨਤ ਦਾ ਫਲ ਮਿੱਠੀ ਹੁੰਦਾ ਹੈਗਾ ਜਰੂਰ ਆਉ ਤੁਹਾਡਾ ਨੰਬਰ ਵੀ ਫਿਕਰ ਨਾ ਕਰੋ ਅੱਜ 5ਵੀਂ ਤੋਂ ਬਾਅਦ 6ਵੀਂ ਦੇ ਵਿੱਚ ਨਮੋਦਿਆ ਸਕੂਲ ਚ ਪੜਨ ਜਾ ਰਹੀਆਂ ਜਿੱਥੇ ਹੋਸਟਲ ਲਾਈਫ ਹੈ ਇੱਕ ਜਿੱਥੇ ਉੱਥੇ ਖਾਣੇ-ਦਾਣੇ ਨੇ ਰਹਿਣ-ਸਹਿਣ ਹੈ ਕਿਵੇਂ ਕੀ ਮਹਿਸੂਸ ਕਰਦੀ ਹੈ ਅੱਜ ਅਸੀਂ ਚੱਲ ਕੇ ਆਏ ਆ ਤੁਹਾਡੇ ਕੋਲ ਹੋਰ ਵੀ ਬਹੁਤ ਸਾਰੇ ਚੈਨਲ ਪਹਿਲਾਂ ਵੀ ਆਏ ਹੋਣਗੇ ਜੀ ਸਾਨੂੰ ਆਪਦੇ ਟੀਚਰਾਂ ਤੇ ਮਾਂ ਪਿਓ ਤੇ ਘਰ ਪਰ ਜਿਹੜੇ ਨੇ ਸਾਨੂੰ ਇੱਥੇ ਤੱਕ ਰਪਚਾਤਾ ਤੇ ਅੱਜ ਵੀ ਅਸੀਂ ਉਹਨੇ ਵੀ ਅੱਗੇ ਆ ਕੇ ਅਸੀਂ ਵੀ ਇਹਨੇ ਮੰਗੂ ਟੀਚਰ ਬਣੀ ਹੈ ਕੀ ਬਣਨਾ ਚਾਹਨੀ ਹੈ ਵੱਡੇ ਹੋ ਕੇ ਮੈਡਮ ਜੀ ਟੀਚਰ ਹੀ ਟੀਚਰ ਹੀ ਕਿਉਂ ਬਣਨਾ ਚਾਹਨੀ ਹੈ ਕਿਉਂਕਿ ਜੇ ਮੇਰੇ ਸਾਡੇ ਆਪ ਦੇデア ਪਕਾਣੇ ਸਾਨੂੰ ਤਿਆਰੀ ਕਰਾਈਆ ਉਹ ਮੇਰੇ ਕਰਾਸੀ ਵੀ ਕਿਸੇ ਹੋਰ ਨੂੰ ਕਰਾਈਏ ਜੀ ਹੂੰ ਅਸੀਂ ਵੀ ਜ ਗਰੀਬਾਂ ਦੇ ਜ ਵੱਖਣ ਨੂੰ ਫੇਰੀ ਪੜਾਈਏ ਤੇ ਉਹਨਾਂ ਨੂੰ ਅੱਗੇ ਪਹੁੰਚਾਈਏ ਹੂੰ ਸਰਕਾਰੀ ਸਕੂਲ ਦੇ ਵਿੱਚ ਬਹੁਤ ਸਾਰੇ ਇੱਕ ਪਾਸੇ ਜਦੋਂ ਬੱਚੇ ਬੈਨਾਂ ਚੜਦੇ ਹੋਣਗੇ ਇੱਕ ਪਾਸੇ ਬੱਚੇ ਸੋਹਣੇ ਸੋਹਣੇ ਵਰਦਿਆਂ ਪਾ ਕੇ ਪ੍ਰਾਈਵੇਟ ਸਕੂਲਾਂ ਜਾਂਦੇ ਨੇ ਕਦੇ ਐ ਨਹੀਂ ਦਿਮਾਗ ਚ ਆਉਂਦੀ ਹੁੰਦੀ ਗੱਲ ਮੈਂ ਸਰਕਾਰੀ ਸਕੂਲ ਚ ਪੜ ਰਹੀ ਹਾਂ ਉਹਦੇ ਬਾਰੇ ਕੀ ਸੋਚਦੀ ਹੈ ਹਾਂ ਜੀ ਸਾਡੇ ਟੀਚਰਾਂ ਨੇ ਕਿਦੇ ਐਵੇਂ ਮਹਿਸੂਸ ਹੋਣ ਹੀ ਨਹੀਂ ਦਿੰਦਾ ਹੂੰ ਸਾਡੇ ਟੀਚਰ ਪ੍ਰਾਈਵੇਟ ਸਕੂਲਾਂ ਤੋਂ ਵੀ ਘਟਨੀ ਸੀ ਉਹਨਾਂ ਨੇ ਸਰਕਾਰੀ ਸਕੂਲ ਨੂੰ ਵੀ ਪ੍ਰਾਈਵੇਟ ਸਕੂਲ ਤੋਂ ਵੱਡਾ ਬਣਾ ਦਿੱਤਾ ਹੂੰ ਤੇ ਹੁਣ ਐਨੀ ਵਧੀਆ ਪੜ੍ਹਾਈ ਆ ਜਿਹੜੀ ਪ੍ਰਾਈਵੇਟ ਸਕੂਲਾਂ 'ਚ ਵੀ ਨਹੀਂ ਹੁੰਦੀ ਪਰ ਸਾਡੇ ਸਰਕਾਰੀ ਸਕੂਲ 'ਚ ਆ ਗਈ ਹੂੰ ਜਿਹੜੇ ਬੱਚਿਆਂ ਨੂੰ ਲੱਗਦਾ ਵੀ ਸਰਕਾਰੀ ਪ੍ਰੇਮ ਸਕੂਲ ਡੇਲੂ ਵਾਲੇ ਕਿਹੜੀ ਪੜ੍ਹਾਈ ਹੋਊਗੀ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਮਾਂ ਪਿਓ ਡੇਲੂ ਵਾਲੇ ਦੇ ਲੋਕ ਐਂ ਜੇ ਸੋਚਦੇ ਨੇਗੇ ਜਿਹੜੇ ਅਜੇ ਵੀ ਸਰਕਾਰੀ ਸਕੂਲ ਤੋਂ ਦੂਰ ਖੜੇ ਨੇਗੇ ਉਹ ਸੋਚਦੇ ਵੀ ਨਹੀਂ ਸਰਕਾਰੀ ਸਕੂਲ 'ਚ ਨਹੀਂ ਲਾਉਣਾ ਉਹਨਾਂ ਨੂੰ ਕੀ ਕਹਿਣਾ ਚਾਹੇਂਗੇ ਉਹਨਾਂ ਦੀ ਮਾੜੀ ਸੋਚ ਆ ਗਈ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਘਟਣੀ ਹੈਗੀ ਹੁਣ ਹੁਣ ਵੀ ਪ੍ਰਾਈਵੇਟ ਸਕੂਲਾਂ ਵਰਗੀ ਆ ਗਈ ਹੁਣ ਪ੍ਰਾਈਵੇਟ ਸਕੂਲਾਂ ਚ ਵੀ ਉਹੋ ਜਿਹੀ ਪੜ੍ਹਾਈ ਹੈ ਤੇ ਸਰਕਾਰੀ ਸਕੂਲਾਂ ਚ ਵੀ ਉਹੋ ਜਿਹੀ ਬਰਕੀ ਸਰਕਾਰੀ ਸਕੂਲਾਂ ਚ ਬੱਧਾ ਗਈ ਕਿੰਨਾ ਸਮਾਂ ਪੜ੍ਹਦੇ ਸੀ ਟੈਸਟ ਜਾਰੀ ਕਰਨ ਵਾਸਤੇ 8:00 ਦੇ 2:00 ਤੋਂ ਲੈ ਕੇ 6:00 ਤੱਕ ਕਰਕੇ ਤੇ 5:00 ਤੱਕ 8:00 ਦੇ ਨੇਰੇ ਆਉਂਦੇ ਸੀਗੇ ਘਰੇ ਤੇ ਨਾਮ ਤਰ ਵੀ ਤੁਹਾਨੂੰ ਕਹਿੰਦੇ ਸੀ ਵੀ ਕੋਈ ਗੱਲ ਫਿਕਰ ਨਾ ਕਰੋ ਵੀ ਇੱਥੇ ਪੜ੍ਹ ਲਓ ਸੰਤਗਨ ਅਨਸਰ ਇਹ ਕਿੰਨੇ ਸਿਵਰੇਜ ਇੱਥੇ ਹਮ ਪਰ ਮਾਂਪੇ ਬਣਾ ਰਿਆ ਨਹੀਂ ਹੁੰਦੇ ਹੁਣ ਕੈਮਰੇ ਕੀ ਮਾਂਪੇ ਬਣਾ ਉੱਥੇ ਕਿਹੜਾ ਮਾਂਪੇ ਨਾਲ ਜਾਣਗੇ ਹਾਂ ਹੁਣ ਤਾਂ ਰਹਿ ਲਾਂਗੇ ਇਹ ਤੀਜਰਾ ਸਾਰੀ ਰਹਿਣਗੇ ਉੱਥੇ ਤੇ ਰਹਿ ਲਾਂਗੇ ਜੀ ਰਹਿ ਲੋਂਗੇ ਹਮ ਹਾਂਜੀ ਕੀ ਨਾਮ ਤੁਹਾਡਾ ਜੀ ਜਸਵੀਰ ਕਾਰਜ ਸਰਕਾਰੀ ਸਕੂਲ ਚ ਪੜਦਾ ਬੱਚਾ ਅੱਜ ਨਮੋਦਿਆ ਟੈਸਟ ਪਾਸ ਕਰਦਾ ਹੈ ਪੂਰੇ ਕੱਲੇ ਮਾਨਸਾ ਚ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਪਿੰਡ ਹੈ ਜਿਹੜਾ ਇੱਕ ਵਾਰੀ ਚਰਚਾ ਦਾ ਵਿਸ਼ਾ ਬਣਿਆ ਕੀ ਮਹਿਸੂਸ ਕਰਦੇ ਹੋ ਅੱਜ ਬੱਚੀ ਦੀ ਪ੍ਰਾਪਤੀ ਬਾਰੇ ਅੱਜ ਲਈ ਅਸੀਂ ਗਰਨਾਮ ਸਰ ਸਰਬਜੀਤ ਮੈਡਮ ਬਾਦਰ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨੇ ਸਾਡੇ ਬੱਚੇ ਇੰਨੇ ਕਾਬਿਲ ਬਣਾਏ ਸਾਨੂੰ ਬਹੁਤ ਮਾਣ ਆਇਆ ਸਾਡੇ ਸਕੂਲ ਦੇ ਸਾਨੂੰ ਕੋਈ ਐ ਨਹੀਂ ਲੱਗਦਾ ਹੈਗਾ ਵੀ ਸਾਡਾ ਬੱਚਾ ਪ੍ਰਾਈਵੇਟ ਪੜਦਾ ਹੈ ਜਾਂ ਸਰਕਾਰੀ ਪੜਦਾ ਹੈ ਪਰ ਸਾਨੂੰ ਅੱਜ ਇਹ ਗੱਲ ਹੈ ਵੀ ਸਾਡਾ ਵਿਸ਼ਾ ਦੇਖੋ ਮਾਨਸਾ ਜ਼ਿਲ੍ਹਾ ਕਿੰਨਾ ਹੋਇਆ ਹੋਇਆ ਹੈ ਪਹਿਲੇ ਨੰਬਰ ਤੇ ਆਇਆ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਬੱਚਾ ਨੂੰ ਮੋਢਿਆਂ 'ਤੇ ਸਾਨੂੰ ਕੋਈ ਐ ਨਹੀਂ ਹੈਗਾ ਵੀ ਅਸੀਂ ਪ੍ਰਾਈਵੇਟ ਹੀ ਵਧਾਉਣੇ ਅਸੀਂ ਹੋਰ ਬੱਚਾ ਨੂੰ ਵੀ ਕਹਿੰਦੇ ਆ ਵੀ ਸਰਕਾਰੀ ਵਰਗੀ ਕਿਤੇ ਇਹੋ ਨਹੀਂ ਹੈਗੀ। ਹੂੰ। ਸਾਨੂੰ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਬਹੁਤ ਵਧੀਆ ਸਟਾਫ ਮਿਲਿਆ ਐਸੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਦਾ। ਜਿਨੇ ਸਾਨੂੰ ਐਡਾ ਸਾਡੇ ਬੱਚਾ ਨੂੰ ਕਾਬਲ ਬਣਾਇਆ। ਹੂੰ। ਅਏ ਕਿੰਨੇ ਬੱਚੇ ਤੁਹਾਡੇ? ਕਿ ਉਹ ਦੂਜੇ ਬੱਚੇ ਪੜਦੇ ਆ ਜਾਂ ਕਿਵੇਂ? ਇੱਥੇ ਵੱਢਦੇ ਆ ਜੀ ਇੱਥੇ ਵੱਢਦੇ ਤਿੰਨ ਬੱਚੇ ਦੋ ਗੋਡੀਆਂ ਇੱਕ ਬੇਟਾ ਜੀ। ਹੂੰ। ਮੈਂ ਪੇਕੇ ਘਰ ਰਹਿ ਰਹੀ ਆ। ਵੀਰੇ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਪੇਕੇ ਘਰ ਰਹਿ ਰਹੀ ਆ ਮੇਰੇ ਬੱਚੇ ਇੱਥੇ ਵੱਢਦੇ ਨੇ। ਤੇ ਹੁਣ ਜਿਹੜਾ ਅੱਗੇ ਦੋ ਬੱਚੇ ਨੇ ਉਹ ਵੀ ਇੱਥੇ ਵੜਾਉਣੇ ਨੇ। ਸੀ ਸੋਚਾਈ ਘਰ ਦੀ ਗਰੀਬੀ ਕਰਕੇ ਸਰਕਾਰੀ ਚ ਹੀ ਬਣਾਵਾਂਗੇ ਡੈਥ ਕਿਦੀ ਹੋ ਗਈ ਸੀ ਵੀਰੇ ਦੀ ਹੋ ਗਈ ਸੀ ਬਈ ਸਰ ਮੈਥੇ ਰਹਿੰਦੇ ਪੇਕੇ ਘਰ ਹੂੰ ਵੀਰੇ ਦੀ ਡੈਥ ਹੋ ਗਈ ਸੀ ਤੁਹਾਡੇ ਭਰਾ ਦੀ ਹਾਂਜੀ ਭਰਾ ਦੀ ਉਹਦਾ ਕੀ ਕਰਨਾ ਹੁਣ ਵੀਰੇ ਟੈਕ ਆ ਗਿਆ ਸੀਗਾ ਕਾਫੀ ਚਾਰ ਤਾ ਬਿਮਾਰ ਰਹਾ ਬਿਮਾਰ ਤੋਂ ਬਾਅਦ ਇਲਾਜ ਲੋਈ ਵੀ ਕਰਾਇਆ ਬਹੁਤ ਪੈਸਾ ਲਾਇਆ ਪਰ ਕੋਈ ਮਿਹਨਤ ਪੱਲੇ ਨਾ ਪਈ ਤੇ ਵੀਰੇ ਦੀ ਡੈਥ ਹੋ ਗਈ ਵੀਰੇ ਦੀ ਵੀ ਇੱਕ ਗੁੜੀ ਐ ਚਾਰ ਬੱਚੇ ਹੁਣ ਫਿਰ ਘਰ ਦੇ ਵਿੱਚ ਕਮਾਈ ਦਾ ਸਾਧਨ ਕੀ ਐ ਮਾਇਦਾ ਸਾਧਨ ਕੋਈ ਨਹੀਂ ਜੀ ਬਸ ਲੋੜ ਕੋ ਗੱਲਾ ਜ਼ਮੀਨ ਦਾ ਉਸੇ ਤੀ ਉਹ ਕਰ ਲੈਣੇ ਬਾਲਾ ਹੋ ਨਹੀਂ ਹੈਗਾ ਕਮਾਈ ਵਾਲਾ ਕੋਈ ਨਹੀਂ ਹੈਗਾ ਬਾਪੂ ਹੈਗਾ ਬਜ਼ੁਰਗ ਹੈ ਮਾਤਾ ਉਹ ਬਜ਼ੁਰਗ ਹੈ ਹੂੰ ਬਸ ਕੋਈ ਨਹੀਂ ਹੈਗਾ ਜੀ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਸੌਖੀ ਗੱਲ ਨਹੀਂ ਹੈਗੀ ਅੱਜ ਕੱਲ ਤਾਂ ਪੜ੍ਹੇ ਲਿਖੇ ਦੇ ਵਿੱਚ ਤਾਂ ਟ੍ਰੈਂਡ ਹੈ ਵੀ ਬਸ ਇੱਕੋ ਹੀ ਬੱਚਾ ਹੋਵੇ ਜੇ ਮੁੰਡਾ ਹੋਗਾ ਤਾਂ ਦੂਸਰਾ ਬੱਚੇ ਚਾਂਸ ਲੋਕ ਲੈਂਦੇ ਨੇ ਤਿੰਨ ਬੱਚੇ ਨਹੀਂਗੇ ਤਿੰਨ ਬੱਚੇ ਦੇ ਪਾਲਣ ਪੋਸ਼ਣ ਕੀ ਸਮੱਸਿਆਵਾਂ ਆ ਰਹੀਆਂ ਨਹੀਂ ਹੈਗੀਆਂ ਸਮੱਸਿਆ ਤਾਂ ਜ ਜ ਹੁਣ ਆ ਹੀ ਰਹੀਆਂ ਨੇ ਪੜ੍ਹਾਈ ਲਿਖਾਈ ਦਾ ਵੀ ਖਰਚੇ ਦਾ ਵੀ ਪਹਿਨਾਂ ਦਾ ਵੀ ਸਾਰੀ ਸਮੱਸਿਆ ਆਉਂਦੀ ਜੀ ਫਿਰ ਹਿੰਮਤ ਨਹੀਂ ਹਾਰੀ ਦੀ ਹਮ ਹਿੰਮਤ ਨਹੀਂ ਹਾਰੀ ਜੀ ਕੋਈ ਸਾਡੇ ਟੀਚਰ ਨੇ ਟੀਚਰ ਹੌਸਲਾ ਦਿੰਦੇ ਆ ਕੋਈ ਸਾਥ ਵੀ ਹੈ ਸਾਈ ਹਉ ਹੋਈ ਜਾਂਦਾ ਜੀ ਜੀ ਮਾਂ ਪਿਓ ਤੋਂ ਬਾਅਦ ਇੱਕ ਰਤਬਾ ਹੈ ਅਧਿਆਪਕ ਦਾ ਤੇ ਅਧਿਆਪਕ ਮਾਰਗਦਰਸ਼ਕ ਬਣ ਕੇ ਬੱਚੇ ਨੂੰ ਅੱਗੇ ਦੇ ਅੱਗੇ ਰਾਹ ਪੱਧਰੇ ਕਰਦੇ ਨੇ ਮੇਰੇ ਨਾਲ ਮੈਡਮ ਸਰਬਜੀਤ ਕੌਰ ਨੇ ਬੱਚੇ ਦੀ ਕਲਾਸ ਦੇ ਇੰਚਾਰਜ ਵੀ ਨੇਗੇ ਮੈਡਮ ਇਸ ਬੱਚੇ ਦੀ ਆ ਨਮੂਦਿਆ ਤੋਂ ਬਿਨਾ ਸਕੂਲ ਦੇ ਵਿੱਚ ਹੋਰ ਕੀ ਪ੍ਰਾਪਤੀਆਂ ਨੇ ਗਈਆਂ ਬੱਚੇ ਦਾ ਬਿਹੇਵੀਅਰ ਅਨੁਸ਼ਾਸਨ ਜਾਂ ਹੋਰ ਕਿ ਬੱਚੇ ਦਾ ਬਿਹੇਵੀਅਰ ਹੋਰ ਕਿਸ ਤਰ੍ਹਾਂ ਦਾ ਹੈ ਸਭ ਤੋਂ ਪਹਿਲਾਂ ਧੰਨਵਾਦ ਜੀ ਤੁਹਾਡਾ ਵੀ ਸਾਡੇ ਜਿਹੜੇ ਬੱਚੇ ਆ ਤੁਸੀਂ ਉਹਨਾਂ ਨੂੰ ਪਲੇਟਫਾਰਮ ਤੇ ਦੇ ਰਹੇ ਹੋ ਕੋਈ ਉਹ ਲੋਕਾਂ ਤੱਕ ਆਵਾਜ਼ ਜਾਊਗੀ ਵੀ ਸਰਕਾਰੀ ਸਕੂਲਸ ਵੀ ਘਟ ਨਹੀਂ ਹੈਗੇ ਕਿਸੇ ਵੀ ਵੱਲੋਂ ਮਿਹਨਤ ਬਹੁਤ ਹੁੰਦੀ ਹੈ ਇਹ ਜਿਹੜੀ ਬੱਚੀ ਆ ਕਰਮਪ੍ਰੀਤਕੌਰ ਬਹੁਤ ਇੰਟੈਲੀਜੈਂਟ ਹੈ ਵਧੀਆ ਨਾਨਕੀਕਰ ਰੈਂਦੀ ਸ਼ੁਰੂਤੀ ਸਾਡੇ ਕੋਲੇ ਪੜਦੀ ਹੈ ਥੋੜੀ ਜਿਹੀ ਐਕਸਟਰਾ એનર્ਜੀ ਇਹਦੇ ਵਿੱਚ ਵੀ ਆਮ ਬੱਚਿਆਂ ਨਾਲ ਵੱਧ ਕੇ ਹੈ ਕੁਛ ਤੇ ਇਸ ਦੀ ਜਿਹੜੀ ਉਹ ਊਰਜਾ ਸੀ ਉਸ ਨੂੰ ਵਰਤਿਆ ਸੀ ਖੇਡਾਂ ਦੇ ਵਿੱਚ ਵੀ ਬਹੁਤ ਕਾਮਯਾਬ ਰਹੀ ਹੈ ਇਹ ਪੰਜਾਬ ਖੇਡ ਕੇ ਹੀ ਹੈ ਮੋਹਾਲੀ ਗੁਰਦਾਸਪੁਰ ਦੋ ਜ਼ਿਲ੍ਹੇ ਨੂੰ ਅਸੀਂ ਹਰਾਇਆ ਤੇ 7 ਮਿੰਟ ਕੱਢ ਜਾਂਦੀ ਹੈ ਇਹ ਪਹਿਲੀ ਵਾਰ ਚ ਹਮ ਤੇ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਜੋ ਵੀ ਕੰਮ ਕਹੋ ਉਹ ਹਾਜ਼ਰ ਹੈ ਕਦੇ ਇਹਨੇ ਕੰਮ ਤੋਂ ਲੇਟ ਨਹੀਂ ਹੋਣਾ ਕਦੇ ਸਕੂਲ ਤੋਂ ਲੇਟ ਨਹੀਂ ਹੋਣਾ ਕਦੇ ਛੁੱਟੀ ਨਹੀਂ ਮਾਰਨੀ ਜਦੋਂ ਗੁਰਨਾਮ ਸਰ ਬੁਲਾਉਂਦੇ ਆ ਇਹਨੂੰ ਵੀ ਸਕੂਲ ਦੇ ਵਿੱਚ ਆਉਣਾ ਸੀ ਸਕੂਲ ਟਾਈਮ ਤੋਂ ਬਾਅਦ ਆ ਤਾਂ ਉਦੋਂ ਵੀ ਆਉਂਦੇ ਆ ਜਦੋਂ ਹੁਣ ਉਹਨਾਂ ਦੇ ਸੱਟ ਲੱਗ ਗਈ ਸੀਗੀ ਤਾਂ ਉਦੋਂ ਸਾਨੂੰ ਚਿੰਤਾ ਹੋ ਗਈ ਸੀ ਵੀ ਹੁਣ ਅਸੀਂ ਕਿਵੇਂ ਕਰਾਂਗੇ ਵੀ ਸਕੂਲ ਵੀ ਸੰਭਣਾ ਹੈ ਸਕੂਲ 'ਚ ਟੀਚਰ ਵੀ ਘਟਾ ਹੈ ਹੁਣ ਵੱਧ ਸਰ ਨੂੰ ਲਿਆਂਦਾ ਸੀ ਡੈਪੂਟੇਸ਼ਨ ਤੇ ਇੱਕ ਮੈਡਮ ਹੋਰ ਵੀ ਆ ਗਈ ਹੁਣ ਕਲਾਸਾਂ 'ਚ ਪੰਜ ਹੁੰਦੀਆਂ ਰਹੀਆਂ ਤੇ ਫਿਰ ਅਸੀਂ ਇਹਨਾਂ ਦਾ ਹੀ ਟਾਈਮ ਲਈ ਕੀ ਕੀਤਾ ਵੀ ਬਸ ਤੇ ਲੈ ਕੇ ਗਏ ਇਹਨਾਂ ਨੂੰ ਮੈਂ ਇੱਕ ਦਿਨ ਸਰਦਿਕਾ ਰਛੜਿਆ ਉਸ ਤੋਂ ਬਾਅਦ ਇਹਨਾਂ ਦੇ ਨਾਲ ਡਿਊਟੀਆਂ ਲਾਤੀ ਇਹਨਾਂ ਦੇ ਪੇਰੈਂਟਸ ਨੇ ਆ ਵੀ ਇੱਕ ਜਣਾ ਛੱਡ ਕੇ ਆਉਂਦਾ ਸੀ ਇੱਕ ਜਣਾ ਲੈ ਕੇ ਆਉਂਦਾ ਸੀ ਇਹਨਾਂ ਨੂੰ ਇਹ ਸ਼ਾਮ ਤੱਕ ਸਰਦੀ ਘਰ ਪੜਤੇ ਸੀਗੇ ਤੇ ਵਧੀਆ ਸਰ ਨੇ ਬਹੁਤ ਮਿਹਨਤ ਕਰਵਾਈ ਹੈ ਯਾਨੀ ਕਿ ਲੱਤ ਦਾ ਐਕਸੀਡੈਂਟ ਹੋ ਗਿਆ ਸੀ ਪਲਾਸਟਰ ਲੱਗਿਆ ਬੈਠੇ ਬੈਠੇ ਆ ਉਵੇਂ ਪੜਾਈ ਗਏ ਉਹ ਵੀ ਸਿੱਧਕੀ ਸੀਗੇ ਮਿਹਨਤੀ ਸੀਗੇ ਤੇ ਬੱਚੇ ਉਹਨਾਂ ਤੋਂ ਵੀ ਵੱਧ ਕੇ ਸੀਗੇ ਬਸ ਵਿਹਾਰੀ ਨਹੀਂ ਮੰਨੀ ਕਿਸੇ ਨੇ ਤੇ ਅੱਜ ਫਿਰ ਕਾਮਯਾਬ ਹੋ ਗਏ ਜੀ ਇਹ ਵਧੀਆ ਤੁਸੀਂ ਸੁਣਿਆ ਬੱਚੇ ਨੂੰ ਬੱਚੇ ਦੀ ਮਾਂ ਨੂੰ ਤੇ ਉਸ ਅਧਿਆਪਕਾਂ ਨੂੰ ਜਿਨ੍ਹਾਂ ਨੇ ਮੇਨ ਸਰ ਕੇ ਇਹ ਬੱਚੇ ਨੇ ਇਹ ਪ੍ਰਾਪਤੀ ਕੀਤੀ ਹੈ ਸਵਾਲ ਇੱਥੇ ਨਹੀਂ ਖਤਮ ਹੋ ਜਾਂਦਾ ਸਵਾਲ ਇਹ ਹੈ ਕਿ 12ਵੀਂ ਤੱਕ ਬੱਚਾ ਜਿੰਨੇ ਮੁੱਦੇ ਪੜ੍ਹ ਵੀ ਜਾਂਦਾ ਬਹੁਤ ਸਾਰੇ ਮੈਰਿਟੋਰੀਅਸ ਸਕੂਲਾਂ ਜਦੋਂ ਬੱਚੇ ਪੜ੍ਹ ਕੇ ਆਉਂਦੇ ਨੇ ਉਸ ਤੋਂ ਬਾਅਦ ਘਰ ਦੇ ਹਾਲਾਤ ਇਹ ਹੁੰਦੇ ਨੇ ਕੋਈ ਚੰਗੇ ਕੋਰਸ ਨਹੀਂ ਕਰ ਪਾਉਂਦੇ ਚੰਗੀਆਂ ਪੜਾਈਆਂ ਨਹੀਂ ਕਰ ਪਾਉਂਦੇ ਜੇ ਚੰਗੀਆਂ ਪੜਾਈਆਂ ਕਰਨਗੇ ਕੋਈ ਚੰਗੀ ਨੌਕਰੀ ਜਾਂ ਚੰਗੀ ਪਲੇਸਮੈਂਟ ਹੋਊਗੀ ਪੰਜਾਬ ਦੀ ਧੀ ਮਨਦੀਪ ਕੌਰ ਟਾਂਗਰਾ ਜੋ ਆਈਟੀ ਕੰਪਨੀ ਚਲਾਉਂਦੇ ਨੇ ਉਹਨਾਂ ਨੇ ਵੀ ਗੁਰਨਾਮ ਸਿੰਘ ਦੀਆਂ ਸਟੋਰੀਆਂ ਸ਼ੇਅਰ ਕੀਤੀਆਂ ਨੇ ਅਸੀਂ ਉਹਨਾਂ ਤੋਂ ਜਾਂ ਹੋਰ ਜਿਹੜੀ ਸਮਾਜ ਸੇਵੀ ਸੰਸਥਾਵਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਤੋਂ ਇਹ ਉਮੀਦ ਕਰਦੇ ਹਾਂ ਕਿ ਇਹੋ ਜਿਹੇ ਬੱਚੇ ਇਹਨਾਂ ਬੱਚਿਆਂ ਨੇ ਦੱਸ ਦਿੱਤਾ ਹੈ ਕਿ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਮਸਲਾ ਇਸ ਗੱਲ ਦਾ ਹੈ ਕਿ ਇਸ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਿੰਜ ਕਰੀਏ ਇਹਨਾਂ ਬੱਚਿਆਂ ਨੂੰ ਧਰ ਮੰਜ਼ਲ ਤੱਕ ਕਿਵੇਂ ਲੈ ਕੇ ਜਾਈਏ 12ਵੀਂ ਤੱਕ ਦੇ ਪੜ੍ਹਾਈ ਦੇ ਨਾਲ ਹੁਣ ਖੇਡਾਂ ਵਿੱਚ ਵੀ ਹੈਗੀ ਹੈ ਲੜਕੀ ਹੁਣ ਖੇਡਾਂ ਵਿੱਚ ਉੱਥੇ ਕਿਹੋ ਜਿਹੇ ਹਾਲਾਤ ਮਿਲਣਗੇ ਇਹ ਵੱਡਾ ਸਵਾਲ ਹੈ ਉਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਦੇਣੇ ਉਹ ਜਿਹੜਾ ਬੱਚਾ ਖੇਡਾਂ ਜ ਜਾਣਾ ਚਾਹੁੰਦਾ ਹੈ ਜਾਂ ਕਿਸੇ ਹੋਰ ਫੀਲਡ ਜਾਣਾ ਚਾਹੁੰਦਾ ਹੈ ਉਹ ਸਬੰਧਤ ਗਰਾਊਂਡ ਕੋਚ ਚੰਗੀਆਂ ਜਿਹੜੇ ਸੁਵਿਧਾਵਾਂ ਨੇ ਇਸ ਬੱਚੇ ਨੂੰ ਜੇ ਮਿਲਣਗੀਆਂ ਤਾਂ ਇਹ ਬੱਚੇ ਵੱਡੀਆਂ ਪ੍ਰਾਪਤੀਆਂ ਕਰਕੇ ਸਾਹਮਣੇ ਆਉਣਗੇ ਜੁੜੇ ਰਹੋ ਸਰਲੇਖ ਦੇ ਨਾਲ